ਇੱਕ ਹੋਰ ਗੱਲ ਬਈ, ਇਹ ਜਿਹੜਾ ਹੈ ਨਾ, ਇਹ ਤੁਸੀਂ ਲੋਕ ਇੰਨਾ ਲਿਟਰੇਚਰ ਵਗੈਰਾ ਬਣਾਉਂਦੇ ਹੋ ਨਾ, ਤੁਸੀਂ ਲੋਕ ਗਿੱਝੇ ਹੋਏ ਆ ਉਸ ਸਫਿਸਟੀਕੇਟਡ ਤਰੀਕੇ ਨਾਲ, ਐ ਕਰੋ ਇਹ ਕਰੋ ਉਹ ਕਰੋ, ਨਿਊਜ਼ ਲੈਟਰ ਬਣਾਓ। ਉਹ ਮੈਂ ਕਾਹਨੂੰ ਬਣਾਇਆ ਨਿਊਜ਼ ਲੈਟਰ ਤੇ ਕਿਆ ਕੁਛ ਨੀ ਬਣਾਇਆ, ਮੈਂ ਤਾਂ ਕੁਛ ਕੁਛ ਨੀ ਛੁਪਾਇਆ, ਤਾਂ ਹੁਣ ਛੁਪੇ। ਪਹਿਲਾਂ ਤਾਂ ਕੁਛ ਨੀ ਸੀ, ਪਹਿਲਾਂ ਜੋ ਕੁਛ ਹੁੰਦਾ ਸੀ ਉਹ ਡਾਇਰੈਕਟ ਇਨਫੈਕਸ਼ਨ, ਹੁਣ ਵੀ ਡਾਇਰੈਕਟ ਇਨਫੈਕਸ਼ਨ। ਤੁਹਾਡੇ ਆ ਜਿਹੜੇ ਸਫਿਸਟੀਕੇਟਡ ਦੀ ਜ਼ਰੂਰਤ ਨੀ ਹੈ, ਗੁਰੂ ਸਾਹਿਬ ਨੇ ਕਿਵੇਂ ਕੀਤਾ, ਉਹ ਕੁਛ ਪਾਉਂਦੇ ਹੁੰਦੇ ਸੀ? Don't enter into all these rubbish things. They are unnecessary. ਗੁਰਬਾਣੀ ਲਿਖੀ ਹੈ ਜੀ, ਗੁਰਬਾਣੀ ਨੂੰ ਕੋਈ ਨੀ ਸਮਝਦਾ। ਉਹ ਬਈ ਫਿਰ ਉਸਦਾ ਰੋਮਨ ਚ ਲਿਖ ਕੇ ਫਿਰ ਉਹਦਾ ਤਰਜਮਾ ਕਰਕੇ ਕਰਦੇ ਹੈ, ਲੋਕਾਂ ਨੂੰ ਸਮਝਾਉਣ ਬਥੇਰੇ ਕਰਦੇ ਫਿਰਦੇ ਆ, ਕਿੰਨੇ ਇਹੋ ਜਿਹੇ ਇੰਸਟੀਟਿਊਸ਼ਨ ਉਹ ਕਰਦਾ। ਤੇ ਫਿਰ ਤੁਸੀਂ ਜਿਹੜੇ ਕਰਨ ਵਾਲੇ ਆ, ਜੇ ਤੁਹਾਡੇ ਅੰਦਰ ਅੱਗ ਨੀ ਲੱਗੀ ਤਾਂ ਉਹਨੂੰ ਕਿੱਥੇ ਲਾ ਦਿਓਗੇ? ਇਹ ਸਭੇ ਬੱਚਿਆਂ ਨੇ ਖੇਲਾ, ਤੁਸੀਂ ਤਾਂ ਹਮੇ ਨੂੰ ਪੱਠੇ ਪਾਉਣੇ ਆ ਨਾ। ਧੰਨ ਗੁਰੂ ਨਾਨਕ ਦਾ ਇੱਕ ਤਰੀਕਾ ਹੈ, ਹਰ ਕੀਰਤ ਸਾਧ ਸੰਗਤ ਹੈ, ਫਿਰ ਕਰਮਾਂਗੇ ਕਰਮਾ, ਇਹਨਾਂ ਦੀ ਲੋੜ ਨੀ ਹੈ। ਅਸੀਂ ਕਰਦੇ ਫਿਰਦੇ ਹਾਂ ਇੰਨਾ ਕੁਛ, ਇਹਨੇ ਕਾਗਜ਼ ਕਾਲੀ ਕਰ ਦਿੱਤੇ, ਕੀ ਲੋੜ ਹੈ? ਬਸ ਜੀ ਐਲਾਨ ਕਰ ਦਿਓ, ਇਸ਼ਤਿਹਾਰ ਬਣਾ ਕੇ ਫਿਰ ਲਾ ਦਿਓ, ਬਸ ਆਪੇ ਆਉਣਗੇ। ਉਹ ਜਿਹਨੂੰ ਆਉਣਾ ਜੀ, ਤੇ ਮਿਹਰ ਕਰਨੀ ਗੁਰੂ ਨਾਨਕ ਖਿੱਚ ਕੇ ਲਿਆਉਣਾ ਉੱਥੇ। ਇਹ ਤਾਂ ਬਖਸ਼ਿਸ਼ ਹੈ, ਇਹ ਤਾਂ ਇਨਫੈਕਸ਼ਨ ਹੈ, ਇਹ ਤਾਂ ਇੰਸਪਾਇਰੇਸ਼ਨ ਹੈ। ਤੁਹਾਡੀ ਹਮੇ ਨਾਲ ਕੁਝ ਨੀ ਬਣਨਾ।